ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਅੰਮ੍ਰਿਤਸਰ ਲਾਗੇ ਛਿਆਟਾ ਖਾਲਸਾ ਕਾਲਜ ਵੀ ਲਾਗੇ ਪੈ ਜਾਂਦੇ ਅਤੇ ਨਗਰ ਜਿਹੜਾ ਨਰਾਇਣਗੜ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਕਾਫੀ ਦਿਖਾਈ ਦੀਆਂ ਵਾ ਅਤੇ ਅੱਜ ਦੀ ਵੀਡੀਓ ਪੂਰੀ ਜ਼ਰੂਰ ਵੇਖਿਓ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਹੌਲੇ ਭਾਅ ਦੀ ਜਿਹੜੀਆਂ ਵਾ ਤੁਹਾਨੂੰ ਮੱਝਾਂ ਅਤੇ ਗਾਵਾਂ ਤੁਹਾਨੂੰ ਦਿਖਾਉਣੀਆਂ, ਇੱਕ ਬਿਲਕੁਲ ਜਾਇਜ਼ ਜਿਹੇ ਰੇਟ 'ਚ ਤੁਹਾਨੂੰ ਇੱਕ ਆਹ ਵਾਲੀ ਵੈੜ ਦਿਖਾਉਣੀ ਆ ਅਤੇ ਬਾਕੀ ਜਿਹੜੀਆਂ ਤੁਹਾਨੂੰ ਛੋਟੇ ਰੇਟ 'ਚ ਸਾਰੀਆਂ ਮੱਝਾਂ ਤੁਹਾਨੂੰ ਦਿਖਾਉਣੀਆਂ। ਵੀਰ ਜੀ ਨੇ ਕਹਿੰਦੇ ਕਿ ਅੱਜ ਜਿਹੜੇ ਰੇਟ ਆਪਾਂ ਸਾਰੇ ਨੋਰਮਲ ਹੀ ਕਰਨੇ ਆ ਅਤੇ ਅੱਜ ਦੀ ਵੀਡੀਓ ਥੋੜ੍ਹੀ ਬਾਕੀ ਵੀਡੀਓ ਨਾਲ ਅਲੱਗ ਹੋਣ ਵਾਲੀ ਹੈ ਕਿਉਂਕਿ ਅੱਜ ਸਾਰੇ ਭਾਅ ਜਿਹੜੇ ਵੀਰ ਜੀ ਨੇ ਕਹਿੰਦੇ ਕਿ ਆਪਾਂ ਛੋਟੇ ਕਰਨੇ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ? ਵਧੀਆ ਵਧੀਆ, ਤੁਸੀਂ ਦੱਸੋ? ਬਸ ਕਿਰਪਾ ਮਾਲਕ ਦੀ ਵਿੱਚ। ਚਲੋ ਵਧੀਆ ਚੱਲੀ ਜਾਂਦਾ ਕੰਮ ਕਾਰ। ਬਹੁਤ ਵਧੀਆ, ਬਹੁਤ ਵਧੀਆ ਮਾਲਕ ਦੀ ਕਿਰਪਾ ਜੀ। ਚਲੋ ਵਧੀਆ ਚਾਹੀਦਾ, ਅੱਜ ਕਹਿੰਦੇ ਆਫਰ ਹੀ ਲਾ ਦੇਣੇ। ਨਹੀਂ ਅੱਜ ਆਫਰ ਹੀ ਹੈ ਸਾਰੀ ਜੀ। ਅੱਛਾ, ਹਾਂਜੀ ਅੱਜ ਕਿਹੜੀ ਖੁਸ਼ੀ 'ਚ ਆਫਰ ਲਾ ਦੇਣੇ? ਮੈਂ ਬਾਬਾ ਚਿਰ ਹੋ ਗਿਆ ਪਾਈ ਨੂੰ ਵੀਡੀਓ, ਫਿਰ ਕਰੀਏ ਚੱਲੋ ਵੀਡੀਓ ਦਾ ਕੰਮ। ਅੱਛਾ ਅੱਛਾ, ਇਸ ਕਰਕੇ ਸਾਰੇ ਭਾਅ ਦੇ ਪਾ ਦੇਣੇ ਜਾਇਜ਼ ਜਾਇਜ਼ ਬਿਲਕੁਲ। ਅੱਛਾ, ਨਵੇਂ ਸਿਰਿਓਂ ਫਿਰ ਠੀਕ ਹੈ। ਹਾਂਜੀ ਚਲੋ, ਨਾਮ ਦੱਸ ਦੇ ਕਰੀ ਆਪਣਾ। ਨਾਮ ਮੇਰਾ ਯਾਦਵਿੰਦਰ ਸਿੰਘ ਜੀ। ਹਾਂਜੀ ਹਾਂਜੀ, ਤੇ ਐਡਰੈਸ ਵੀ ਦੱਸ ਦਿਓ। ਐਡਰੈਸ ਆਪਣਾ ਨਰਾਇਣਗੜ ਛਿਆਟਾ ਇਲਾਕਾ ਜੀ, ਜ਼ਿਲ੍ਹਾ ਅੰਮ੍ਰਿਤਸਰ ਜੀ ਆਪਣਾ। ਠੀਕ ਹੈ ਹਾਂਜੀ। ਤੇ ਫੋਨ ਨੰਬਰ? ਫੋਨ 8360-99-778। ਠੀਕ ਹੈ ਹਾਂਜੀ। ਤੇ ਅੱਜ ਫਿਰ ਕਿੰਨੇ ਤੋਂ ਸੱਜਰਮਾ ਸ਼ੁਰੂ ਕਰਨੀ? ਅੱਜ ਅਸੀਂ 32,000 ਤੋਂ ਚਾਲੂ ਕਰ ਦੇਣੀ। 32,000 ਤੋਂ ਸੱਜਰਮਾ ਸ਼ੁਰੂ ਕਰਨੀ ਹੈ? ਚਲੋ ਠੀਕ ਹੈ ਫਿਰ, 32,000 ਚ ਸੱਜਰਮਾ ਜੀ ਵੀਰ ਜੀ ਹੁਣ ਦਿਖਾਉਣੀ ਆਪਾਂ ਨੂੰ। ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਮੱਝ ਬੰਨੀ, ਇਹਦੇ ਬਾਰੇ ਆਪਾਂ ਦੱਸਾਂਗੇ। ਦੱਸੀਏ ਵੀਰ ਜੀ ਇਹਦੇ ਬਾਰੇ। ਵੀਰ ਜੀ ਇਹ ਸੂਈ ਨੂੰ ਹੋ ਗਏ 10 ਦਿਨ ਝੋਟੀ ਨੂੰ। ਅੱਛਾ, ਤੇ 10 ਕਿਲੋ ਦੁੱਧ ਤਿਆਰ ਹੈ, 9 ਕਿਲੋ ਦੀ ਗਰੰਟੀ ਦਵਾਂਗੇ। ਅੱਛਾ, 9 ਕਿਲੋ ਬਿਲਕੁਲ ਤਿਆਰ ਹੈ। ਤੇ ਸੂਆ ਕਿਨਵਾ ਜੀ? ਸੂਆ ਦੂਸਰਾ ਹੀ ਝੋਟੀ ਦਾ ਜੀ। ਠੀਕ ਹੈ, ਬਾਕੀ ਸਿੰਘ ਸੁੰਘ ਵੀ ਸੋਹਣਾ ਲੱਗਾ ਨਾ। ਤੇ ਦੁੱਧ 9 ਲੀਟਰ ਤਿਆਰ ਹੈ? 9 ਲੀਟਰ ਬਿਲਕੁਲ ਤਿਆਰ ਹੈ। ਵਧੋ ਕਿਤੇ ਹੋਰ? ਹਾਂ ਵਧੇਗੀ, ਇਹ ਮੇਰਾ ਮੂਲਾ ਮਾਰੂ ਝੋਟੀ ਦੁੱਧ ਤੋਂ ਕਰੇਗੀ। ਕਿੰਨਾ ਕੁ ਕਰ ਦਿਓ? 10-11 ਕਿਲੋ ਦੀ ਝੋਟੀ ਕਰੂੰਗੀ। ਤੇ ਰੇਟ? ਰੇਟ ਦਾ 48,000। 48,000 ਹਾਂਜੀ, ਮਾਨਤਨ ਵਿੱਚੋਂ ਕਰ ਦਾਂਗੇ ਜੀ। ਠੀਕ ਹੈ, ਚਵਾਚੂ ਓਕੇ ਪੂਰਾ? ਚਵਾ ਥੋੜਾ ਨਰਮ ਆ, ਸਖਤ ਆ ਕਹਿੰਦਾ ਥੋੜਾ, ਮਤਲਬ ਕਿ ਇੰਨਾ ਆਖੀ ਜੇ ਪੂਰਾ ਭੂਲਾ ਭੋਲਾ ਉਹ ਨਹੀਂ ਆ। ਉਹ ਜੇ ਪੂਰ ਛਿੱਟਾ ਤੇ ਨਹੀਂ ਹੈਗਾ? ਨਹੀਂ ਨਹੀਂ, ਪੂਰ ਸੱਟਾ ਨਹੀਂ। ਤੇ ਚੋਣ ਚ ਥੋੜੀ ਜੀ ਸਖਤ ਆ ਹਨਾ? ਹਾਂ, ਚੋਣ ਚ ਸਖਤ ਆ ਥੋੜੀ ਜੀ। ਠੀਕ ਹੈ, ਉਹ ਤਾਂ ਸਾਰੀ ਚੰਗੀ ਹੈ। ਠੀਕ ਹੈ, ਚੋਣ ਚ ਵੀਰ ਜੀ ਨੇ ਕਹਿੰਦੇ ਕਿ ਥੋੜੀ ਕ ਸਖਤ ਆ। ਠੀਕ ਹੈ ਵੀਰ ਜੀ, ਤੋਰੀਏ ਇੱਕ ਰੀਨ। ਤੇ ਥਣ ਥਣ ਵੀਰ ਜੀ ਬਰੋਬਰ ਹੀ ਆ ਸਾਰੇ? ਹਾਂਜੀ ਹਾਂਜੀ ਬਰੋਬਰ। ਠੀਕ ਹੈ ਜੀ, ਵੀਰ ਜੀ ਨੇ ਕਹਿੰਦੇ ਕਿ ਥਣ ਵੀ ਜਿਹੜੇ ਬਰੋਬਰ ਹੀ ਆ, ਬਾਕੀ ਕੱਦ ਕਾਠ ਵੀ ਚੰਗਾ। 48,000 ਚੋਂ ਵੀਰ ਜੀ ਨੇ ਕਹਿੰਦੇ ਕਿ ਮਾਨਤਨ ਜਿਹੜਾ ਇਹਦਾ ਆਪਾਂ ਕਰਾਂਗੇ, ਬਾਕੀ ਹਵਾਨਾ ਇਹਦਾ ਤੁਹਾਨੂੰ ਲਾਗੇ ਤੋਂ ਦਿਖਾ ਦਈਏ। ਠੀਕ ਹੈ ਵੀਰ ਜੀ, ਲੈ ਜਿਓ ਜੀ। ਹਾਂ ਦੇ ਸਕਦੇ ਹਵਾਨਾ, ਇਹਦਾ ਸੋਹਣੇ ਹਵਾਨੇ ਦੀ ਮਾਲਕ ਆ। ਅਤੇ 48,000 ਚ ਮਾਨਤਨ ਇਹਦਾ ਹੋ ਜੂਗਾ, ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਚਵਾਈ ਕਰਕੇ ਖੜੇ ਜੀ। ਆਹ ਹੁਣ ਤੁਹਾਨੂੰ ਦੂਸਰੇ ਨੰਬਰ 'ਤੇ ਮੱਝ ਇੱਕ ਹੋਰ ਤੁਹਾਨੂੰ ਦਿਖਾਉਣੀ ਆ, ਕੱਦ ਇਹਦਾ ਨੋਰਮਲ ਆ ਅਤੇ ਰੇਟ ਵੀ ਜਿਹੜਾ ਇਹਦਾ ਵੀਰ ਜੀ ਹੁਣ ਕਹਿੰਦੇ ਕਿ ਨੋਰਮਲ ਹੀ ਕਰਾਂਗੇ। ਹਾਂਜੀ ਵੀਰ ਜੀ, ਦੱਸੀਏ ਜੀ ਇਹਦੇ ਬਾਰੇ ਵੀ। ਇਹ ਵੀਰ ਜੀ ਪਰਸੋਂ ਰਾਤ ਦੀ ਸੂਈ ਜੀ। ਅੱਛਾ ਹਾਂਜੀ, 4-5 ਕਿਲੋ, 4 ਕਿਲੋ ਲਾਓ ਤੁਸੀਂ ਬੋਲਾ ਹੈਗਾ ਜੀ। ਅੱਛਾ, 4 ਕਿਲੋ ਹੀ। ਅੱਛਾ, ਕਿੰਨਾ ਕੁ ਦੁੱਧ ਕਰ ਜੂ ਇਹ? ਦੁੱਧ 8-9 ਕਿਲੋ ਕਰੀ ਜਾਊਗੀ ਜੀ। ਅੱਛਾ, 8-9 ਲੀਟਰ ਕਰੀ ਜਾਓ। ਹਾਂਜੀ ਹਾਂਜੀ, ਅਜੇ ਖਾਲੀ ਤੇ ਨਹੀਂ ਕੀਤੀ? ਨਹੀਂ ਖਾਲੀ ਕਰਤੀ ਹੈ ਵੀਰ, ਸਵੇਰੇ ਸਾਫ਼ ਕਰਤੀ ਹੈ ਨਾ? ਕਰਤੀ ਸਾਫ਼। ਅੱਛਾ, ਸਵੇਰੇ ਸਾਫ਼ ਕਰਤੀ ਹੈ। ਅੱਛਾ, 8 ਕੁ ਲੀਟਰ ਦੇ ਕਰੀਬ ਦੁੱਧ ਜਿਹੜਾ ਚਵਾਈ ਜਾਊ। ਹਾਂ ਕਰੀ ਜਾਵੇਗੀ। ਤੇ ਸੂਆ ਕਿੰਨਵਾਂ ਸੂਈ ਜੀ? ਸੂਆ ਤੀਸਰਾ ਜੀ। ਤੀਸਰਾ ਸੂਆ? ਹਾਂਜੀ। ਤੇ ਇਹਦਾ ਮੁੱਲ? ਮੋਲੇ ਦਾ 36,000 ਜੀ। ਅੱਛਾ, 36,000 ਹਾਂਜੀ, ਮਾਨਤਨ ਹੋ ਜੂ ਵਿੱਚ? ਹਾਂ ਕਰ ਦਾਂਗੇ ਜੀ। ਖੁੱਲਾ ਕੇ ਹਿਸਾਬ ਦਾ ਹੀ? ਤੇ ਹਿਸਾਬ ਦਾ ਹੀ, ਫਿਰ ਤਾਂ ਬਾ ਮੋਲੇ ਜੇ ਹਿਸਾਬ ਦਾ ਕਰਾਂਗੇ ਜੀ। ਅੱਛਾ, ਹਿਸਾਬ ਦਾ ਕਰੋਗੇ। ਤੇ ਥਣ ਥਣ ਓਕੇ ਦੇ ਸਾਰੇ? ਥਣ ਇਹਦੇ ਮਗਲੇ ਥਣ ਚ 5-7 ਧਾਰਾਂ ਫਰਕ ਆ, ਕਮੈਨੀ ਬਾਈ ਦੀਆਂ। ਅੱਛਾ, ਬੈਣੀ ਵਾਲੇ ਪਾਸੇ ਥਣ ਚ ਥੋੜੀਆਂ ਕੁ ਧਾਰਾਂ ਘੱਟ, 5-7 ਧਾਰਾਂ ਜ਼ਿਆਦਾ ਤਾਂ ਨਹੀਂ ਫਰਕ? ਨਹੀਂ ਜ਼ਿਆਦਾ ਨਹੀਂ ਫਰਕ ਹੈ। ਅੱਛਾ, ਥੋੜੇ ਕੁ ਧਾਰਾਂ ਦਾ ਫਰਕ ਆ। ਹਾਂਜੀ ਹਾਂਜੀ। ਤੇ ਉਹਦੇ ਕਰਕੇ ਫਿਰ 36,000 ਦੇ ਵੀਰ ਜੀ ਨੇ ਕਹਿੰਦੇ ਕਿ ਆਪਾਂ ਦਵਾਂਗੇ। ਬਾਕੀ ਥਾਣੇ ਦੇ ਤੁਹਾਨੂੰ ਇੱਕ ਵਾਰੀ ਲਾ ਕੇ ਤਾਂ ਦਿਖਾ ਦਈਏ, ਆਹ ਦੇਖ ਸਕਦੇ ਜੇ ਥਾਣ ਜਿਹੜੇ ਇਹਦੇ ਚੰਗੇ ਆ। 36,000 ਦੇ ਵੀਰ ਜੀ ਨੇ ਕਹਿੰਦੇ ਕਿ ਆਪਾਂ ਦੇਣੀ ਆ। ਹਵਾਨਾ ਇਹਦਾ ਤੁਹਾਨੂੰ ਪਿੱਛੇ ਦਿਖਾ ਦਈਏ ਇੱਕ ਵਾਰੀ। ਠੀਕ ਹੈ ਵੀਰ ਜੀ, ਲੈ ਜਿਓ ਜੀ। ਯਾਰ ਜਮਾਨਤਨ ਜਿਹੜਾ ਇਹਦਾ ਹੋ ਜੂਗਾ, ਬਾਕੀ ਕੋਈ ਵੀਰ ਇੱਥੇ ਆ ਕੇ ਪਸੰਦ ਕਰਕੇ ਖੜੇ, ਆਹ ਦੇਖ ਸਕਦੇ ਜੀ ਹਵਾਨਾ ਇੱਕ ਵਾਰੀ ਪਿੱਛੇ ਤੋਂ ਇਹਦਾ ਦੇਖ ਸਕਦੇ, ਥਣ ਵੀ ਜਿਹੜੇ ਪਿਛਲੇ ਦੇਖ ਸਕਦੇ ਜੀ। ਆਹ ਹੁਣ ਤੁਹਾਨੂੰ ਜਿਹੜੀ ਆ ਤੀਸਰੇ ਨੰਬਰ 'ਤੇ ਮੱਝ ਇੱਕ ਹੋਰ ਤੁਹਾਨੂੰ ਦਿਖਾਉਣੀ ਆ, ਥਾਣੇ ਦੇ ਵੀ ਤੁਹਾਨੂੰ ਇੱਕ ਵਾਰੀ ਲਾਗੇ ਤੋਂ ਦਿਖਾ ਦਈਏ, ਆਹ ਦੇਖ ਸਕਦੇ ਜੀ।
ਹਾਂਜੀ ਵੀਰ ਜੀ ਦੱਸੀਏ ਆਪਾਂ ਇਹਦੇ ਬਾਰੇ ਵੀ ਇਹ ਵੀਰ ਜੀ ਹਫਤਾ ਖੜਦੀ ਹੈ ਸੂਣ ਚ ਅੱਛਾ ਹਫਤਾ ਸੂਣ ਚ ਖੜਦੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਕੁ ਦੁੱਧ ਚ ਵਾਧੂ ਵੀਰ ਜੀ ਘਰ ਵਾਲੇ ਪਿਛਲਾ ਸੋ ਜਾਂਦਾ ਇਹ 13 14 ਕਿਲੋ ਚ ਹੋਇਆ ਜੇ ਮੈਂ ਤਾਂ 10 ਕਿਲੋ ਦੁੱਧ ਬਹੁਤ ਹੈ ਜੇ ਰੇਟ ਦੇ ਹਿਸਾਬ ਨਾਲ ਕਹੀਏ 10 ਕਿਲੋ ਦੁੱਧ ਦੇ ਜਾਵੇ ਬਹੁਤ ਜ਼ਿਆਦਾ ਡੰਗਾ ਅੱਛਾ 10 ਲੀਟਰ ਦੁੱਧ ਜਿਹੜਾ ਚਵਾਈ ਜਾਊਗੀ ਚਵਾਈ ਜਾਊਗੀ ਸੂਆ ਕਿੰਨਾ ਸੋਣਾ ਇਹਨੇ ਸੂਆ ਨੇ ਤੀਸਰਾ ਹੈ ਵੀ ਅੱਛਾ ਤੀਸਰਾ ਸੂਆ ਇਹਨੇ ਸੋਣਾ ਹੈ ਠੀਕ ਹੈ ਤੇ ਇਹਦਾ ਮੁੱਲ ਮੋਲੇ ਦਾ 42000 ਇਹਦਾ 42000 ਮਾਨਤਾ ਨਾ ਉੱਚੋਂ ਵੀ ਉੱਚੋਂ ਵੀ ਕਰਦਾ ਮਾਨਤਾ ਠੀਕ ਹੈ ਜੀ ਲਿਆ ਫਿਰ ਖੋਲੋ ਤੋਰੀਏ ਇਹਨੂੰ 42000 ਚ ਮਾਨਤਾ ਨਾ ਵੀਰ ਜੀ ਨੇ ਕਹਿੰਦੇ ਕਿ ਇਹਦਾ ਆਪਾਂ ਕਰਾਂਗੇ ਬਾਕੀ ਕੱਦ ਕਾਠ ਜਿਹੜਾ ਇਹਦਾ ਵੀ ਚੰਗਾ ਹੈ ਇੱਕ ਹਫਤਾ ਜਿਹੜਾ ਜੇ ਸੂਨ ਚ ਖੜਦੀ ਹੈ ਤੇ ਸੂਨ ਤੱਕ ਹਵਾਨਾ ਜਿਹੜਾ ਚੰਗਾ ਭਰੂਗੀ ਹਾਂਜੀ ਠੀਕ ਹੈ ਵੀਰ ਜੀ ਲੈ ਜਾਓ ਜੀ ਬਾਕੀ ਕੱਦ ਦੀ ਜਿਹੜੀ ਚੰਗੀ ਹੈ ਕੋਈ ਸਾਂਭ ਵਾਲਾ ਵੀਰ ਲੈ ਜਾਊਗਾ ਅਤੇ ਦੁੱਧ ਜਿਹੜਾ ਚੰਗਾ ਚਵਾਈ ਜਾਊਗੀ ਖਾਣ ਵੀ ਕੱਲ੍ਹ ਚੰਗਾ ਲੱਗਾ ਰੇਟ ਦੇ ਹਿਸਾਬ ਨਾਲ ਜੇ ਵੇਖੀਏ ਤਾਂ ਉਸ ਹਿਸਾਬ ਨਾਲ ਫਿਰ ਜਿਹੜੀ ਆ ਠੀਕ ਹਵਾਨਾ ਸੋਹਣਾ ਦਿਖਾਉਂਦੀ ਹੈ ਗਾਂ ਹੁਣ ਜਿਹੜੀ ਇੱਕ ਤੁਹਾਨੂੰ ਦਿਖਾਉਣੀ ਆ ਬਹੁਤ ਠੰਡੀ ਚੀਜ਼ ਹੈ ਵੀ ਅੱਛਾ ਜੀ ਆਦੇ ਸਾਡੇ ਠੰਡੀ ਧੀਰੀ ਆ ਕਿੰਨਾ ਸੁਬਹ ਸੋਣਾ ਫਿਰ ਜੀ ਪਹਿਲਾਂ ਜੀ ਅੱਛਾ ਪਹਿਲਾਂ ਸੁਬਹ ਹੀ ਸੋਣਾ ਵਾ ਠੀਕ ਆ ਕਿੰਨਾ ਕੁ ਟਾਈਮ ਸੋਣ ਚ ਲੈ ਜੂ ਇਹ ਲੈ ਜੂਗੀ 4-5 ਦਿਨ 4-5 ਦਿਨ ਲੈ ਜੂਗੀ ਠੀਕ ਆ ਬਾਕੀ ਕ੍ਰੋਸ ਚ ਆ ਗਈ ਹਨਾ ਜਰਸੀ ਸਾਈਵਲ ਕ੍ਰੋਸ ਹੈ ਸਾਈਵਲ ਕ੍ਰੋਸ ਹੈ ਜੀ ਹਾਂਜੀ ਬਹੁਤ ਚੰਗੀ ਦੁੱਧ ਨੂੰ ਚੰਗੀ ਰਹੂਗੀ ਬੱਚੀ ਅੱਛਾ ਕਿੰਨਾ ਕੁ ਦੁੱਧ ਚ ਆ ਜਾ ਪਹਿਲੇ ਸੂਏ ਪਹਿਲੇ ਸੂਏ ਇਹਦੀ ਮਾਂ ਨੇ ਤੇ 20 22 ਕਿਲੋ ਦੁੱਧ ਭਰਿਆ ਚਲੋ ਆਪਣੇ ਇਹ ਕਿ ਪਹਿਲਾ ਸੂਆ 12 13 ਕਿਲੋ ਦੇਵੇ ਬਹੁਤ ਉਹਦੇ 12 13 ਕਿਲੋ ਵੀ ਹਾਂਜੀ 12 13 ਲੀਟਰ ਜਿਹੜਾ ਚਵਾ ਦੂਗੀ ਤੇ ਇਹਦਾ ਮੁੱਲ ਮੁੱਲ ਇਹਦਾ ਜਾਇਜ਼ ਹੀ ਆ ਕਿੰਨਾ ਕੁ 25000 ਦੀ ਦੇ ਦਾਂਗੇ 25000 ਦੀ ਉਹ ਚ ਮਾਨਤਨ ਮਾਨਤਨ 500 ਛੱਡ ਦਾਂਗੇ ਹੋਰ 24 ਦੀ ਕਰ ਦਿਓ ਪੂਰੀ ਚ 500 ਦਾ ਕੀ ਹੁਣ ਕਰਨਾ 24 ਦੀ ਦੇ ਦਾਂਗੇ ਆ ਦੇਖ ਸਕਦੇ ਜੀ ਥਾਣੇ ਦੇ ਵੀ ਤੁਹਾਨੂੰ ਇੱਕ ਵਾਰੀ ਲਾਗੇ ਤੋਂ ਦਿਖਾ ਦਈਏ ਬਾਕੀ ਹਵਾਨਾ ਗਾਣ ਵੀ ਸੋਹਣਾ ਤਿਆਰ ਕਰਨ ਦੀ ਆ ਤੇ ਹਵਾਨਾ ਪਛਾਣ ਵੀ ਸੋਹਣਾ ਤਿਆਰ ਕਰਨ ਦੀ ਟਿਲ ਟੁਲ ਬਹੁਤ ਆ ਟਿਲ ਟੁਲ ਉੱਪਰ ਹੋ ਗਈ ਖੋਲੋ ਵੀਰ ਜੀ ਤੋਰੀਏ ਇਹਨਾਂ ਵੀ ਇੱਕ ਆ ਦੇਖ ਸਕਦੇ ਸਿੰਘ ਜਿਹੜੇ ਦੇ ਹੈਗੇ ਆ ਪਰ ਉਂਝ ਜਿਹੜੀ ਠੰਡੀ ਧੀਰੀ ਆ ਹਵਾਨਾ ਜਿਹੜਾ ਸੋਹਣਾ ਦਿਖਾਉਂਦੀ 24000 ਦੀ ਵੀਰ ਜੀ ਨੇ ਕਹਿੰਦੇ ਕਿ ਆਪਾਂ ਦੇ ਦੇਵਾਂਗੇ ਤੇ 12 13 ਲੀਟਰ ਦੇ ਕਰੀਬ ਦੁੱਧ ਚਵਾ ਦੋਗੀ ਠੀਕ ਹੈ ਵੀਰ ਜੀ ਲੈ ਜਾਓ ਜੀ ਬਾਕੀ ਕੱਦ ਵੀ ਜਿਹੜਾ ਇਹਦਾ ਚੰਗਾ ਹੈ ਕੋਈ ਛੋਟੀ ਵੈੜ ਨਹੀਂ ਹੈ ਸੋਹਣੀ ਵੈੜ ਆ ਬਾਕੀ ਠੰਡੀ ਧੀਰੀ ਆ ਥਣਾਂ ਦਾ ਗੈਪ ਵੀ ਚੰਗਾ ਤੇ ਸੂਨ ਤੱਕ ਰਹਵਾਨਾ ਵੀ ਜਿਹੜਾ ਚੰਗਾ ਤਾਂ ਤਿਆਰ ਕਰੂਗੀ ਅਤੇ ਬਾਕੀ ਜਿਹੜੀ ਫੈਟ ਵੀ ਜਿਹੜੀ ਇਹਦੀ ਚੰਗੀ ਆਊਗੀ ਆਹ ਤੁਹਾਨੂੰ ਮੱਝ ਹੁਣ ਐਂਡ 'ਤੇ ਇੱਕ ਹੋਰ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਦੱਸੀਏ ਫਿਰ ਇਹਦੇ ਬਾਰੇ ਵੀ ਇਹ ਵੀਰ ਜੀ ਵੀ ਹਫਤਾ ਖੜਦੀ ਸੂਨ 'ਚ ਅੱਛਾ ਹਾਂਜੀ ਤੇ ਇਹ ਕਿੰਨਾ ਕੁ ਦੁੱਧ ਚਵਾ ਦੇ ਇਹ 8-9 ਕਿਲੋ ਚਵਾਈ ਜਾਊਗੀ ਜੀ 8-9 ਲੀਟਰ ਚਵਾਈ ਜਾ ਠੀਕ ਹੈ ਇਹਨੇ ਥੋੜੀ ਲੱਸੀ ਆ ਮੱਝ ਚੰਗੀ ਉਹਦਾ ਠੀਕ ਹੈ ਸੂਆ ਕਿੰਨਾ ਸੋਨਾ ਸੂਆ ਤੀਸਰਾ ਜੀ ਅੱਛਾ ਤੀਸਰਾ ਸੂਆ ਇਹਨੇ ਸੋਨਾ ਹੈ ਹਾਂਜੀ ਠੀਕ ਹੈ ਲਿਆ ਫਿਰ ਖੋਲੋ ਤੋਰੀ ਇੱਕ ਵਾਰੀ ਫਿਰ ਇਹਦਾ ਜਿਹੜਾ ਮੁੱਲ ਆਪਾਂ ਦੱਸਾਂਗੇ ਖਾਣੇ ਦੇ ਵੀ ਤੁਹਾਨੂੰ ਇੱਕ ਵਾਰੀ ਲਾਗੇ ਤੋਂ ਦਿਖਾ ਦਈਏ ਹਫਤੇ ਦੇ ਕਰੀਬ ਜਿਹੜਾ ਇਹ ਵੀ ਸੂਨ 'ਚ ਖੜਦੀ ਹੈ ਠੀਕ ਹੈ ਵੀਰ ਜੀ ਲੈ ਜਾਓ ਜੀ ਦੂਰ ਤੋਂ ਵੀ ਇੱਕ ਵਾਰੀ ਦੇਖ ਸਕਦੇ ਜੀ ਦੁੱਧ 8-9 ਲੀਟਰ ਦੇ ਕਰੀਬ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਚਵਾਈ ਜਾਊਗੀ ਤੇ ਮੁੱਲ ਫਿਰ ਵੀਰ ਜੀ ਦੱਸੀਏ ਇਹਦਾ ਮੁੱਲ ਉਹਦਾ 35000-32000 ਦੀ ਦੇ ਦਾਂਗੇ ਅੱਛਾ 32000 ਦੀ ਦੇ ਦੋਗੇ ਉਹ ਚੋਂ ਮਾਨਤਨ ਉਹ ਤਾਂ ਛੋਟ ਛੋਟੀ ਹੋਣੀ ਜੀ ਅੱਛਾ ਛੋਟ ਛੋਟੀ ਹੋਣੀ ਹੈ ਠੀਕ ਹੈ ਵੀਰ ਜੀ ਹੋਰ ਕੁਛ ਕਹਿਣਾ ਫਿਰ ਬਸ ਜੀ ਮੈਂ ਨਾ ਜਿੰਨੇ ਵੀ ਆਉਣਾ ਵਾ ਆਪਣੀ ਤਸੱਲੀ ਕਰਕੇ ਮੇਰਾ ਵੀਰ ਭਰਾ ਡੰਗਲ ਕਰੇ ਠੀਕ ਹੈ ਜੀ ਠੀਕ ਹੈ ਜਿਹੜੇ ਸੋਏ ਉਹਨੂੰ ਚੋ ਕੇ ਵੇਖੇ ਹਾਂਜੀ ਜਿਹੜੇ ਸੋਣ ਵਾਲੇ ਉਹ ਟਿਪ ਕੇ ਖੜੇ ਚੰਗੀ ਤਰ੍ਹਾਂ ਆਪਣੀ ਤਸੱਲੀ ਕਰਕੇ ਹਾਂਜੀ 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 ਕਿਉਂਕਿ ਬਾਅਦ ਚੋਂ ਜਿਹੜੀ ਗੱਲ ਕਹਿਣੀ ਆ ਫਿਰ ਉਹ ਗਲਤ ਹੋ ਜਾਂਦਾ ਕੰਮ ਹਾਂਜੀ ਹਾਂਜੀ ਆਪਣੀ ਤਸੱਲੀ ਕਰਕੇ ਖੜਨ ਜਿਹੜੀ ਠੀਕ ਬਾਕੀ ਉਹ ਆਪਣੇ ਵੱਲੋਂ ਤੁਸੀਂ ਦੱਸਤਾ ਜਿਹੜੇ ਤੁਹਾਨੂੰ ਕਰਕੇ ਦੱਸਤੇ ਆਪਾਂ ਪਹਿਲਾਂ ਦੱਸਤਾ ਹਾਂਜੀ ਹਾਂਜੀ ਤੇ ਹੁਣ ਅਗਲੇ ਦੀ ਜ਼ਿੰਮੇਵਾਰੀ ਆਪਣੀ ਤਸੱਲੀ ਕਰਕੇ ਖੜੇ ਹਨਾ ਠੀਕ ਹੈ ਜੀ ਆਹ ਦੇਖ ਸਕਦੇ ਪਸ਼ੂ ਜਿਹੜੇ ਹੁਣ 5 ਵੀਰ ਜੀ ਹੁਣ ਨੇ ਵਕਾਊ ਕੀਤੇ ਆ ਤੇ ਬਾਕੀ ਕੋਈ ਵੀਰ ਇੱਥੇ ਆ ਕੇ ਤਸੱਲੀ ਕਰਕੇ ਚਵਾਈ ਕਰਕੇ ਪਾਸ ਕਰਕੇ ਤੇ ਫਿਰ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬੱਚੇ ਜਿਹੜੇ ਇਹਨਾਂ ਦੇ ਤੁਹਾਨੂੰ ਦਿਖਾ ਦਈਏ ਬੱਚੇ ਜਿਹੜੇ ਆਪਾਂ ਦਿਖਾਏ ਨਹੀਂ ਇਹਨਾਂ ਦੇ ਜਿਹੜੇ ਦੋ ਸੂਈਆਂ ਸੀ ਆਹ ਬੱਚਾ ਜਿਹੜਾ ਪਹਿਲੇ ਨੰਬਰ ਵਾਲੀ ਮੱਝ ਤੇ ਆਹ ਜਿਹੜਾ ਦੂਸਰੇ ਨੰਬਰ ਤੇ ਮੱਝ ਤੁਹਾਨੂੰ ਦਿਖਾਈ ਸੀ
ਉਹਦਾ ਬੱਚਾ ਜੀ ਇਹ ਕੀ ਵੀਰ ਜੀ ਕੱਟਾ ਕੱਟੀ ਕਟਾ ਇਹ ਕੱਟਾ ਜੀ ਲਾੜੀ ਦਾ ਬੱਚਾ ਠੀਕ ਹੈ ਜੀ ਤੇ ਉਧਰਲੀ ਕੀ ਜੀ ਇਹ ਕੱਟੀ ਉਹ ਕੱਟੀ ਜੀ ਠੀਕ ਹੈ ਜੀ ਆ ਦੇਖ ਸਕਦੇ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ